ਅੱਜ ਉਗਰਾਹਾ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੈਕਟਰ 34 ਦੇ ਵਿੱਚ, ਲੇਕਿਨ ਇੱਕ ਪੂਰਾ ਰੂਟ ਜਿਹੜਾ ਹੈ ਉਹ ਤਿਆਰ ਕੀਤਾ ਗਿਆ। ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿੰਨੇ ਵੀ ਜਿਹੜੇ ਪਟਿਆਲਾ ਤੋਂ ਆ ਰਹੇ ਹੈ, ਜਿੰਨੇ ਵੀ ਕਿਸਾਨ ਜਥੇਬੰਦੀ ਆ ਰਹੀ ਹੈ, ਉਹਨਾਂ ਨੂੰ ਵਾਇਆ ਏਅਰਪੋਰਟ ਰੋਡ ਹੁੰਦੇ ਹੋਏ ਹੀ ਅੱਗੇ ਜਾਣ ਦੀ ਜਿਹੜਾ ਹੈਗਾ ਉਹ ਕਿਹਾ ਜਾ ਰਿਹਾ, ਕਿਉਂਕਿ ਇੱਥੇ ਬਿਲਕੁਲ ਸਾਹਮਣੇ, ਕਿਉਂਕਿ ਜ਼ੀਰਕਪੁਰ ਐਂਟਰ ਹੁੰਦੇ, ਇਸ ਕਰਕੇ ਇਸ ਪਾਸੇ ਜਿਹੜਾ ਹੈ ਉਹ ਨਹੀਂ ਜਾਣ ਦਿੱਤਾ ਜਾ ਰਿਹਾ। ਇੱਕ ਰੋਡ ਜਿਹੜਾ ਇਹਨਾਂ ਵਾਸਤੇ ਤੈਅ ਕੀਤਾ ਗਿਆ। ਏਅਰਪੋਰਟ ਛੱਤ ਲਾਈਟਾਂ ਤੇ ਅਸੀਂ ਮੌਜੂਦ ਹਾਂ, ਜਿੱਥੇ ਇੱਥੇ ਪੰਜਾਬ ਪੁਲਿਸ ਜਿਹੜੀ ਆ ਉਹ ਖੜੀ ਹੋਈ ਹੈ, ਕਿਉਂਕਿ ਇਹਨਾਂ ਨੂੰ ਜੇਕਰ ਜ਼ੀਰਕਪੁਰ ਐਂਟਰ ਹੋ ਕੇ ਨਹੀਂ ਬਲਕਿ ਏਅਰਪੋਰਟ ਵਾਇਆ, ਇਹ ਪੂਰਾ ਜਿਹੜਾ ਕਿਸਾਨ ਜਥੇਬੰਦੀ ਇੱਥੇ ਪਹੁੰਚ ਰਹੇ ਹੈ ਹੌਲੀ ਹੌਲੀ ਆਪਣੀ ਗੱਡੀਆਂ ਤੋਂ ਲੈ ਕੇ, ਕਾਫੀ ਇਕੱਠ ਜਿਹੜਾ ਹੈ 34 ਸੈਕਟਰ ਹੋ ਚੁੱਕਿਆ ਹੈ, ਤੇ ਹੋਰ ਵੀ ਜਿਹੜੇ ਕਿਸਾਨ ਜਥੇਬੰਦੀ ਹੈ ਧੀਰੇ ਧੀਰੇ ਆਪਣਾ ਸਮਾਨ ਲੈ ਕੇ ਆਪਣਾ ਜਿੰਨਾ ਵੀ ਹੈਗਾ ਉਹ ਇਸੇ ਰੋਡ ਵਾਇਆ ਇਸੇ ਰੋਡ ਤੋਂ ਹੁੰਦੇ ਹੋਏ ਏਅਰਪੋਰਟ ਰੋਂਦੇ ਹੋਏ ਵਾਇਆ ਸੈਕਟਰ 34 ਪਹੁੰਚ ਰਹੇ ਨੇ, ਤੇ ਇੱਥੇ ਸਪੈਸ਼ਲੀ ਪੰਜਾਬ ਪੁਲਿਸ ਦੇ ਜਿਹੜੇ ਇੱਥੇ ਖੜੇ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਹਦਾਇਤਾਂ ਨੇ ਕਿ ਇਸੇ ਪਾਸੇ ਤੋਂ ਜਿਹੜਾ ਰੂਟ ਹੈ ਉਹ ਉਹਨਾਂ ਨੂੰ ਦਿੱਤਾ ਜਾਵੇ, ਅੰਦਰ ਐਂਟਰ ਨਾ ਹੋਣ, ਯਾਨੀ ਕਿ ਜ਼ੀਰਕਪੁਰ ਐਂਟਰ ਨਾ ਹੋਣ, ਸਿੱਧਾ ਇਸੇ ਰੂਟ ਤੇ, ਯਾਨੀ ਕਿ ਪਟਿਆਲਾ ਰਾਜਪੁਰਾ ਹੁੰਦੇ ਹੋਏ ਸਿੱਧਾ ਜ਼ੀਰਕਪੁਰ, ਜ਼ੀਰਕਪੁਰ ਤੋਂ ਹੁੰਦੇ ਹੋਏ ਵਾਇਆ ਏਅਰਪੋਰਟ ਰੋਡ, ਏਅਰਪੋਰਟ ਰੋਡ ਹੁੰਦੇ ਹੋਏ ਸਿੱਧਾ 11 ਫੇਜ਼ ਤੋਂ ਸਿੱਧਾ 34 ਸੈਕਟਰ, ਯਾਨੀ ਕਿ ਇਹ ਰੂਟ ਜਿਹੜਾ ਹੈਗਾ ਉਹ ਬਣਾਇਆ ਗਿਆ। ਹਾਲਾਂਕਿ ਜ਼ੀਰਕਪੁਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ, ਕਿਉਂਕਿ ਸਿੱਧਾ ਰੋਡ ਜਿਹੜਾ ਇਹਨਾਂ ਨੂੰ ਦਿੱਤਾ ਗਿਆ। ਸੈਕਟਰ 34 ਦੇ ਵਿੱਚ ਇਹਨਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ, ਕਿਸਾਨ ਜਥੇਬੰਦੀਆਂ ਇਕੱਠਾ ਹੋਣੇ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਕਈ ਗੱਲਾਂ ਤੇ ਸਹਿਮਤੀ ਜਿਹੜੀ ਹੈ ਇਹਨਾਂ ਵੱਲੋਂ ਬਣੀ ਹੈ, ਕਈ ਮੀਟਿੰਗ ਜਿਹੜੀ ਹੈ ਚੰਡੀਗੜ੍ਹ ਦੇ SSP, ਮੋਹਾਲੀ ਦੇ SSP, ਹੋਰ ਵੀ ਜਿਹੜੇ ਸੀਨੀਅਰ ਅਧਿਕਾਰੀ ਹੈ ਉਹ ਲਗਾਤਾਰ ਮੀਟਿੰਗਸ ਕਰਦੇ ਨਜ਼ਰ ਆ ਰਹੇ ਨੇ, ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿੰਨੇ ਵੀ ਕਿਸਾਨ ਯੂਨੀਅਨ ਦੇ ਹੋਰ ਜਿਹੜੇ ਲੋਕ ਨੇ ਉਹ ਲਗਾਤਾਰ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ, ਔਰ ਵਾਇਆ ਜ਼ਿਆਦਾਤਰ ਜਿਹੜਾ ਉਹ ਪਟਿਆਲਾ, ਰਾਜਪੁਰਾ, ਬਨੂੜ ਹੁੰਦੇ ਹੋਏ ਜ਼ੀਰਕਪੁਰ ਵਾਇਆ ਏਅਰਪੋਰਟ ਰੋਡ, ਇਹ ਇਹਨਾਂ ਦੇ ਰੂਟ ਜਿਹੜਾ ਹੈ ਉਹ ਕੀਤਾ ਗਿਆ, ਤੇ ਇਸੀ ਰੂਟ ਤੇ ਇਹਨਾਂ ਨੂੰ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਵੱਲੋਂ। ਹਾਲਾਂਕਿ ਅੱਜ ਤੁਹਾਨੂੰ ਦੱਸ ਦਈਏ ਕਿ ਉਗਰਾਹਾਂ ਤੇ ਕੱਲ ਭਾਰਤੀ ਕਿਸਾਨ ਯੂਨੀਅਨ, ਸੰਯੁਕਤ ਕਿਸਾਨ ਯੂਨੀਅਨ ਵੱਲੋਂ ਜਿਹੜਾ ਹੈ ਕੱਲ 2 ਤਰੀਕ ਨੂੰ ਵੀ ਸੈਕਟਰ 34 ਦੇ ਵਿੱਚ ਇਹ ਕੀਤਾ ਜਾਏਗਾ, ਜਿਸ ਨੂੰ ਲੈ ਕੇ ਲਗਾਤਾਰ, ਹਾਲਾਂਕਿ ਪੁਲਿਸ ਜ਼ਰੂਰ ਇਹਨਾਂ ਨੂੰ ਰੂਟ ਜਿਹੜਾ ਹੈ ਉਹ ਇਸ ਪਾਸੇ ਦਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਸ ਪਾਸੇ ਜ਼ੀਰਕਪੁਰ ਪਾਸੇ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ, ਦੂਜੇ ਪਾਸੇ ਯਾਨੀ ਕਿ ਵਾਇਆ ਏਅਰਪੋਰਟ ਰੋਡ ਹੁੰਦੇ ਹੀ ਇਹ ਜਿਹੜੇ ਜਿੰਨੇ ਵੀ ਜਿਹੜੇ ਕਿਸਾਨੀ ਆਗੂ ਨੇ, ਹੋਰ ਵੀ ਜਿਹੜੇ ਆ ਰਹੇ ਨੇ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਹਨ, ਕਾਫੀ ਸੰਖਿਆ ਦੇ ਵਿੱਚ ਫਿਲਹਾਲ ਪਹੁੰਚ ਚੁੱਕੇ ਨੇ ਜਿੰਨੇ ਵੀ ਕਿਸਾਨੀ ਆਗੂ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਆਪਣਾ ਸਮਾਨ ਲੈ ਕੇ, ਕਿਉਂਕਿ 5 ਦਿਨ ਟੈਂਟ, ਟਰਾਲੀਜ਼, ਕੁਰਸੀਆਂ ਇਹ ਲੈ ਕੇ ਇੱਥੇ ਪਹੁੰਚ ਰਹੇ ਨੇ, ਔਰ ਧੀਰੇ ਧੀਰੇ ਇਕੱਠ ਜਿਹੜਾ ਉਹ ਸ਼ੁਰੂ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਅੱਜ ਕਿਸਾਨ ਜਥੇਬੰਦੀ ਉਗਰਾਹਾਂ ਤੇ ਕੱਲ ਸੰਯੁਕਤ ਕਿਸਾਨ ਯੂਨੀਅਨ ਵੱਲੋਂ ਸੈਕਟਰ 34 ਦੇ ਵਿੱਚ ਹੀ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ। ਇਸ ਕਰਕੇ ਇੱਕ ਰੂਟ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ, ਤੇ ਮੀਟਿੰਗ ਦੇ ਵਿੱਚ ਕਈ ਸਹਿਮਤੀ ਜਿਹੜੀ ਹੈ ਉਹ ਬਣੀ ਹੈ। ਜ਼ੀਰਕਪੁਰ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।